ਪਠਾਨਕੋਟ ਅਤੇ ਦੀਨਾਨਗਰ ਵਿੱਚ ਹੋਏ ਆਤੰਕੀ ਹਮਲੇ ਤੋਂ ਬਾਅਦ ਕਿਸੇ ਨਾ ਕਿਸੇ ਜਗ੍ਹਾ ਤੇ ਸ਼ੱਕੀ ਵਿਅਕਤੀ ਦੇਖੇ ਜਾਣ ਨਾਲ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਰਹਿੰਦਾ ਹੈ ਅਤੇ ਪਠਾਨਕੋਟ ਦੇ ਲੋਕ ਵੀ ਹਰ ਵਕਤ ਡਰ ਦੀ ਜ਼ਿੰਦਗੀ ਜੀ ਰਹੇ ਹੈ ਪਰ ਇਹ ਦਹਿਸ਼ਤ ਦਾ ਮਾਹੌਲ ਅੱਜ ਵੀ ਲੋਕਾਂ ਦੇ ਮਨ ਵਿੱਚ ਬੈਠਾ ਹੈ ਅੱਜ ਵੀ ਉਸ ਸਮੇਂ ਸ਼ਾਮ ਨੂੰ ਪਠਾਨਕੋਟ ਦੇ ਨਾਲ ਲੱਗਦੇ ਹਲਕਾ ਭੋਇਆ ਦੇ ਸੁੰਦਰ ਚੱਕ ਪਿੰਡ ਵਾਸੀਆਂ ਵਿੱਚ ਦਹਿਸ਼ਤ ਦਾ ਉਸ ਸਮੇਂ ਮਾਹੌਲ ਬਣ ਗਿਆ ਜਦੋਂ ਉਹਨਾਂ ਨੇ ਇੱਕ ਸ਼ੱਕੀ ਵਿਅਕਤੀ ਨੂੰ ਪਹਿਲਾਂ ਤੇ ਅੱਡੇ ਦੇ ਆਸੇ ਪਾਸੇ ਘੁੰਮਦੇ ਦੇਖਿਆ ਬਾਅਦ ਵਿੱਚ ਉਸ ਨੂੰ ਗੰਨੇ ਦੇ ਖੇਤਾਂ ਵਿੱਚ ਜਾਂਦੇ ਵੇਖਿਆ ਜਿਸ ਨੂੰ ਪਿੰਡ ਵਾਲਿਆਂ ਨੇ ਬਹੁਤ ਹਿੰਮਤ ਕਰਕੇ ਖੇਤਾਂ 'ਚੋਂ ਬਾਹਰ ਕੱਢਿਆ ਅਤੇ ਇਸ ਸੰਬੰਧ ਵਿੱਚ ਪੁਲਿਸ ਨੂੰ ਦੱਸਿਆ ਮੌਕੇ ਤੇ ਜਦੋਂ ਪੁਲਿਸ ਨੇ ਪਹੁੰਚ ਕੇ ਉਸ ਵਿਅਕਤੀ ਦੀ ਤਲਾਸ਼ੀ ਲਿੱਤੀ ਤਾਂ ਉਸ ਕੋਲੋਂ ਕੁਝ ਉਰਦੂ ਵਿੱਚ ਲਿਖਿਆ ਕਾਗਜ਼ ਬਰਾਮਦ ਹੋਇਆ ਅਤੇ ਕੁਝ ਇੰਡੀਅਨ ਕਰੰਸੀ ਵੀ ਮਿਲੀ ਸਾਡੇ ਪਿੰਡ ਵਿੱਚ ਬੰਦਾ ਫੜਿਆ ਗਿਆ ਜਿਹਨੂੰ ਅਸੀਂ ਪੁੱਛਤਾਛ ਕੀਤੀ ਉਹਨੇ ਆਪਣੇ ਬਾਰੇ ਕੁਛ ਨਹੀਂ ਦੱਸਿਆ ਤਾਂ ਅਸੀਂ ਪੁਲਿਸ ਨੂੰ ਸੂਚਨਾ ਦਿੱਤੀ ਇਹਨਾਂ ਨੂੰ ਆਪਣੀ ਹਿਰਾਸਤ ਵਿੱਚ ਲੈ ਲਓ ਇਹਨਾਂ ਨੂੰ ਜੋ ਵੀ ਪੁੱਛਿਆ ਜਾਏ ਪੁਲਿਸ ਥਾਣੇ ਵਿੱਚ ਜਾ ਕੇ ਪੁੱਛਿਆ ਜਾਏ ਫੜਿਆ ਕਿੱਥੋਂ ਹੈ ਬੰਦਾ ਜੀ ਫੜਿਆ ਸੁੰਦਰ ਚੱਕ ਤਾਂ ਫੜਿਆ ਜੀ ਕਿੱਦਾਂ ਦਾ ਲੱਗ ਰਿਹਾ ਸੀਗਾ ਤੁਹਾਨੂੰ ਕੀ ਸ਼ੱਕ ਪੈ ਗਿਆ ਲੱਗ ਰਿਹਾ ਸੀਗਾ ਜੀ ਅੱਤਵਾਦੀ ਜਿਹਾ ਲੱਗ ਰਿਹਾ ਸੀਗਾ ਇਸ ਕਾਰਨ ਆਪਾਂ ਸਾਡੇ ਪਿੰਡ ਸਾਰਾ ਇਕੱਠਾ ਹੋ ਗਿਆ ਇਸ ਕਾਰਨ ਕਿ ਇਹਨੂੰ ਫੜਿਆ ਜਾਵੇ ਇਹਨੂੰ ਦਹਿਸ਼ਤ ਦਾ ਮਾਹੌਲ ਬਣਾ ਰਿਹਾ ਸੀਗਾ ਕਦੀ ਉੱਧਰ ਜਾ ਰਿਹਾ ਸੀਗਾ ਕਦੀ ਇੱਧਰ ਆ ਰਿਹਾ ਸੀਗਾ ਫਿਰ ਪਿੰਡ ਵਾਲਾ ਫੜ ਕੇ ਬਿਠਾ ਰਿਹਾ ਤੇ ਪੁਲਿਸ ਨੂੰ ਬੁਲਾ ਕੇ ਇਹਨੂੰ ਫੜਾ ਦਿੱਤਾ ਘਰ ਦੇ ਵਿੱਚ ਬੈਠਾ ਸੀਗਾ ਉਹ ਤੋਂ ਫੜ ਕੇ ਲਿਆਂਦਾ ਇਹਨੂੰ ਬਾਹਰ ਕੋਈ ਸਮੱਗਰੀ ਉੱਦਾਂ ਦੀ ਇਹਨਾਂ ਕੋਲ ਇਹਦੇ ਕੋਲ ਬਰਾਮਦ ਹੋਈ ਪਾਕਿਸਤਾਨ ਦੇ ਕਾਜ ਦੇ ਸੀਗੇ ਉਹਦੇ ਪਤਾ ਨਹੀਂ ਉਰਦੂ 'ਚ ਕੀ ਲਿਖਿਆ ਗਿਆ ਪੁਲਿਸ ਨੂੰ ਬਰਾਮਦ ਕਰ ਦਿੱਤੇ ਗਏ ਤਾਂ ਪੁਲਿਸ ਦਾ ਕੋਈ ਪੁੱਛਤਾਛ ਕਰਕੇ ਉੱਧਰ ਪੁਲਿਸ ਉਕਤ ਵਿਅਕਤੀ ਨੂੰ ਫੜ ਕੇ ਪੁੱਛਗਿੱਛ ਕਰ ਰਹੀ ਹੈ ਅਤੇ ਪੁਲਿਸ ਵੱਲੋਂ ਕੁਝ ਵੀ ਖੁਲਾਸਾ ਨਹੀਂ ਕੀਤਾ ਗਿਆ ਆਖਿਰ ਇਹ ਵਿਅਕਤੀ ਕੌਣ ਹੈ ਅਤੇ ਇੱਥੇ ਕੀ ਕਰ ਰਿਹਾ ਸੀ ਪਠਾਨਕੋਟ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ।